ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਾਵੀ ਜਿੰਡੂ। ਆਫਟਰ ਆ ਸੋ 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 ਲੌਂਗ ਟਾਈਮ ਅੱਜ ਵਲੋਗ ਬਣਾਉਣ ਲੱਗਾ ਸੀਗਾ ਮੈਂ। ਮੈਂ ਨਾ ਤੁਹਾਡੇ ਮੈਸੇਜ ਕਾਫੀ ਪੜ੍ਹੇ ਕਿੰਨੇ ਦਿਨਾਂ ਤੋਂ ਕਿ ਬਈ ਤੁਹਾਡੀ ਗੱਡੀ ਦਾ ਵਲੋਗ ਨਹੀਂ ਆਇਆ, ਤੁਹਾਡੀ ਗੱਡੀ ਦਾ ਵਲੋਗ ਨਹੀਂ ਆਇਆ, ਚੈਲੇਂਜਰ ਦਾ ਵਲੋਗ ਨਹੀਂ ਆਇਆ। ਚੈਲੇਂਜਰ ਦਾ ਵਲੋਗ ਬਈ ਮੈਂ ਪਾਊਂਗਾ ਨੈਕਸਟ ਮੰਥ, ਠੀਕ ਆ। ਉਸ ਤੋਂ ਪਹਿਲਾਂ ਹੁਣ ਮੇਰੇ ਤੋਂ ਕੋਈ ਜਣਾ ਪੁੱਛੇ ਉਹਨਾਂ ਦੇ ਬਾਰੇ ਇਹ ਕਿਉਂ, ਉਹਦੇ ਕੋਈ ਰੀਜ਼ਨਸ ਆ ਕਿ ਕਿਉਂ ਨਹੀਂ ਪਾਇਆ ਮੈਂ, ਕਿ ਕੀ ਉਹਦੇ ਵਿੱਚ ਖਰਾਬੀ ਸੀਗੀ ਵੀਡੀਓ ਦੇ ਵਿੱਚ, ਮੈਂ ਤੁਹਾਨੂੰ ਅਗਲੀ ਉਹਦੇ ਉਸੇ ਵਲੋਗ 'ਚ ਦੱਸੂੰਗਾ, ਠੀਕ ਹੈ। ਆਪਾਂ ਹੁਣ ਫੋਕਸ ਕਰਦੇ ਹਾਂ ਜਿਹੜੀ ਆਪਾਂ ਆਪਣੀ ਗੱਡੀ ਲਈ ਆ, ਉਹ ਵੀ ਆਪਣੀ ਵੈਸੇ, ਪਰ ਇਸ ਵਾਰੀ ਆਪਾਂ ਵਲੋਗ ਬਣਾਉਣ ਲੱਗੇ ਹਾਂ ਮਰਸਰੀਜ਼ ਦਾ, ਜਿਹੜੀ ਆਪਾਂ ਮਤਲਬ ਕਿ ਮੈਂ ਬਾਏ ਕੀਤੀ ਰੀਸੈਂਟਲੀ। ਅਤੇ ਹੁਣ ਮੈਂ ਤੁਹਾਨੂੰ ਦੱਸਦਾ ਕੁਛ ਬੇਸਿਕ ਚੀਜ਼ਾਂ ਗੱਡੀ ਬਾਰੇ, ਗੱਡੀ ਮੈਂ ਕਿਉਂ ਲਈ, ਕਿਉਂ ਮੈਨੂੰ ਲੋੜ ਪਈ, ਜਾਂ ਮੇਰਾ ਸਰਦਾ ਨਹੀਂ ਸੀਗਾ ਜਾਂ ਮੇਰਾ ਸ਼ੌਂਕ ਸੀਗਾ, ਹੈ ਨਾ। ਪਹਿਲੀ ਗੱਲ, ਗੱਡੀ ਮੈਂ ਆਪਣੇ 50% ਸ਼ੌਂਕ ਨੂੰ ਲਈ ਆ, 50% ਮੇਰਾ ਟਾਈਮ ਬਹੁਤ ਵੇਸਟ ਹੁੰਦਾ ਸੀ। ਵੇਸਟ ਮਤਲਬ ਕਿ ਜਿੱਥੇ ਤੁਹਾਨੂੰ ਗੱਡੀ 'ਚ ਅੱਧਾ ਘੰਟਾ ਲੱਗਦਾ, ਤੁਹਾਨੂੰ ਬੱਸ 'ਚ ਡੇਢ ਘੰਟਾ ਲੱਗਦਾ, ਠੀਕ ਹੈ ਜੀ, ਆਲਮੋਸਟ ਥ੍ਰੀ ਟਾਈਮਸ ਮੋਰ, ਹੈ ਨਾ। ਅਤੇ ਇਸ ਕਰਕੇ ਗੱਡੀ ਮੈਨੂੰ ਲੈਣੀ ਪਈ, ਮੈਂ ਕਿਹਾ ਇੱਦਾਂ ਨਹੀਂ ਵੀ ਸਰਨਾ। ਅਤੇ ਹੁਣ ਆਪਣੀ ਥੋੜ੍ਹੀ ਇਨਕਮ ਵੀ ਥੋੜ੍ਹੀ ਸਟੇਬਲ ਹੋ ਗਈ ਸੀਗੀ, ਕੋਈ ਮੈਂ ਫੀਸ ਨਹੀਂ ਸੀ ਦੇਣੀ, ਕੋਈ ਤਾਂ ਨਹੀਂ ਸੀ ਕੁਛ, ਮਤਲਬ ਕੋਈ ਖਰਚਾ ਨਹੀਂ ਸੀ ਏਡਾ ਵੱਡਾ, ਤਾਂ ਮੈਂ ਅਫੋਰਡ ਕਰ ਸਕਦਾ ਸੀ, ਠੀਕ ਹੈ ਜੀ। ਵੀਡੀਓ ਨੂੰ ਸਕਿੱਪ ਨਾ ਕਰਿਓ, ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਦੱਸਦਾ ਪਿਆ ਇਹ ਵੀ ਬਹੁਤ ਜ਼ਰੂਰੀ ਹੈ ਕਈਆਂ ਲਈ, ਮਤਲਬ ਜਿਨ੍ਹਾਂ ਨੇ ਗੱਡੀ ਲੈਣੀ ਹੈ ਜਾਂ ਜਿਨ੍ਹਾਂ ਨੇ ਸੋਚਿਆ ਕਿ ਕੈਨੇਡਾ ਆ ਕੇ ਕੀ ਸਾਨੂੰ ਸੁਝਾਅ ਕੋਈ ਦੇ ਸਕਦਾ, ਤਾਂ ਜ਼ਰੂਰ ਸੁਣ ਕੇ ਜਾਇਓ, ਵਲੌਗ ਐਂਡ ਤੱਕ ਦੇਖਿਓ, ਥੋੜ੍ਹਾ ਇਨਫੋਰਮੇਟਿਵ ਵੀ ਹੋਊਗਾ ਕਿ ਤੁਹਾਨੂੰ ਗੱਡੀ ਦਾ ਮੈਂ ਸਾਰਾ ਇੰਟੀਰੀਅਰ ਵਗੈਰਾ ਸਾਰਾ ਕੁਝ ਦਿਖਾਊਂਗਾ ਕੀ ਹੈ, ਠੀਕ ਹੈ ਜੀ। ਪਹਿਲੀ ਗੱਲ, ਇੱਕ ਤਾਂ ਮੇਰਾ ਟਾਈਮ ਸੇਵ ਹੋ ਜਾਂਦਾ ਗੱਡੀ ਨਾਲ, ਮੈਂ ਤਾਂ ਗੱਡੀ ਲੈਣੀ ਸੀ। ਦੂਜੀ ਗੱਲ, ਮੈਂ ਲੈਣ ਲੱਗਾ ਸੀਗਾ ਜੈਟਾ ਵੋਕਸਵੈਗਨ ਦੀ, ਜਾਂ 3-4 ਗੱਡੀਆਂ ਸੀਗੀਆਂ, ਵੋਕਸਵੈਗਨ ਜੈਟਾ, ਟੋਯੋਟਾ ਕੈਮਰੀ ਅਤੇ ਹੋਂਡਾ ਅਕੋਰਡ, ਜਾਂ ਮਰਸਡੀਜ਼ C300 ਜਿਹੜੀ ਮੈਂ ਲਈ ਆ। C300 ਮੈਂ ਲਈ ਆ 2017 ਮਾਡਲ, ਠੀਕ ਹੈ ਜੀ। ਉਹ ਵੀ ਰੀਜ਼ਨ ਦੱਸਦਾ ਕਿ ਕਿਉਂ 2017 ਹੀ ਕਿਉਂ ਲਈ। ਹੁਣ ਆਉਂਦੀ ਆ ਜੀ ਗੱਲ, ਜਦੋਂ ਮੈਂ ਗੱਡੀ ਲੈਣ ਬਾਰੇ ਸੋਚਿਆ, ਗੱਡੀ ਲੈਣ ਬਾਰੇ ਮੈਂ ਸੋਚਿਆ ਅੱਜ ਤੋਂ ਮਹੀਨਾ ਪਹਿਲਾਂ, ਜਦੋਂ ਮੈਂ ਆਪਣਾ G2 ਕਲੀਅਰ ਕੀਤਾ। G2 ਮੈਂ ਪਹਿਲੀ ਵਾਰ 'ਚ ਕਲੀਅਰ ਕਰਤਾ ਸੀਗਾ, ਮਿਸੀਸਾਗਾ ਮੈਂ ਟੈਸਟ ਦਿੱਤਾ ਸੀਗਾ, ਬਹੁਤ ਸੌਖਾ ਟੈਸਟ ਸੀਗਾ, ਫਸਟ ਟਾਈਮ 'ਚ ਕਲੀਅਰ ਵਧੀਆ ਹੋ ਗਿਆ। ਅਤੇ ਮਤਲਬ ਕਿਉਂਕਿ ਮੈਂ ਲਾਈਸੈਂਸ ਬਣਾਉਣ 'ਚ ਤਾਂ ਉੱਦਾਂ ਹੀ ਮੈਂ ਬਹੁਤ ਲੇਟ ਹੋ ਗਿਆ ਸੀਗਾ, ਤਾਂ ਕਰਕੇ ਮੈਨੂੰ ਚਾਹ ਸੀਗਾ ਕਿ ਥੋੜ੍ਹਾ ਮੈਂ ਲਾਈਸੈਂਸ ਜਦੋਂ ਹੀ ਮੇਰਾ ਕਲੀਅਰ ਹੋਊਗਾ ਮੈਂ ਨਾਲ ਹੀ ਗੱਡੀ ਚੱਕ ਲੈਣੀ ਹੈ। ਅਤੇ ਉਸ ਤੋਂ ਬਾਅਦ ਜਿੱਦਣ ਮੈਂ ਲਾਈਸੈਂਸ ਕਲੀਅਰ ਕੀਤਾ, ਮੈਂ ਉੱਦਣ ਹੀ ਦੇਖਣ ਚਲੇ ਗਿਆ। ਉਸ ਦਿਨ ਫਿਰ ਮੈਂ ਦੇਖਿਆ ਮੇਰਾ ਕ੍ਰੈਡਿਟ ਸਕੋਰ ਲੋ ਸੀਗਾ, ਸਕੋਰ ਮੇਰਾ ਸੀਗਾ 660 ਦੇ ਕੋਲ, ਅਤੇ 660 ਦੇ ਕੋਲ ਤੁਹਾਨੂੰ ਮਹਿੰਗੀ ਗੱਡੀ ਕੋਈ ਮਿਲਦੀ ਨਹੀਂ, ਤੁਹਾਨੂੰ ਬੇਸਿਕਲੀ ਮਿਲੂਗੀ 20,000-22,000 ਦੀ ਰੇਂਜ ਵਿੱਚ, ਠੀਕ ਹੈ ਜੀ। ਜੋ ਮੈਨੂੰ ਡੀਲਰ ਨੇ ਕਿਹਾ ਸੀ ਕਿ ਤੈਨੂੰ 20,000-22,000 ਦੀ ਗੱਡੀ ਮਿਲਣੀ ਹੈ, ਕਿ ਤੂੰ ਉਸ ਹਿਸਾਬ ਨਾਲ ਦੇਈ, ਹੈ ਨਾ, ਕਿ ਐਡੇ ਲੰਬੀਆਂ ਉਹ ਨਾ ਰੱਖ ਉਮੀਦਾਂ। ਮੈਨੂੰ ਯਾਰ ਥੋੜ੍ਹੀ ਗੱਲ ਪਿੰਚ ਜੇ, ਮੈਂ ਕਿਹਾ ਯਾਰ ਫੱਕ, ਮੈਨੂੰ ਪੈਸੇ ਹੈਗੇ, ਸਾਰਾ ਕੁਛ ਹੈਗਾ, ਸਕੋਰ ਵੀ ਇੰਨਾ ਮਾੜਾ ਨਹੀਂ ਹੈਗਾ, 660 ਠੀਕ ਆ ਯਾਰ, ਜਾਂ ਤਾਂ ਸਾਰੀ ਚੱਕੀ ਫਿਰਦੀ, ਸਾਰਿਆਂ ਦਾ ਤਾਂ ਨਹੀਂ 700 ਤੋਂ ਉੱਪਰ ਦਾ, ਇੱਕ ਨੋਰਮਲ ਗੱਡੀ ਨੂੰ, ਵਧੀਆ ਗੱਡੀ ਨੂੰ 720 ਤੋਂ ਉੱਪਰ ਚਾਹੀਦਾ ਸਕੋਰ, 740 ਦੇ ਕੋਲ ਹੋ ਗਿਆ, 730 ਦੇ ਕੋਲ ਹੋ ਗਿਆ, ਤਾਂ ਤੁਹਾਨੂੰ ਈਜ਼ਲੀ ਅਪਰੂਵ ਹੋ ਜਾਂਦਾ ਲੋਨ। ਹੁਣ ਮੇਰੇ ਤੋਂ ਨਾ ਤਾਂ $32,000 ਸੀਗਾ ਕੈਸ਼ ਹੱਥ 'ਚ, ਕਿ ਮੈਂ ਸਿੱਧੀ ਚੱਕ ਲਿਆ, ਮੈਂ ਲੋਨ ਤਾਂ ਕਰਾਉਣਾ ਹੀ ਪੈਣਾ ਸੀ, 3-4 ਹਜ਼ਾਰ ਬੰਦਾ ਡਾਊਨ ਦਿੰਦਾ ਤਾਂ ਇਸ ਤੋਂ ਵੱਧ ਨਹੀਂ ਦਿੰਦਾ, ਠੀਕ ਹੈ ਜੀ। ਫਿਰ ਮੈਨੂੰ ਆਪਸ਼ਨ ਮਿਲੀ ਕਿ ਕੋਸਾਈਨਰ ਪਵਾ ਲਾ, ਕੋਸਾਈਨਰ ਫਿਰ ਮੈਂ ਪਾਇਆ, ਅਤੇ ਕੋਸਾਈਨਰ ਪਾ ਕੇ ਫਿਰ ਆਪਾਂ ਨੂੰ ਗੱਡੀ ਅਪਰੂਵ ਹੋਈ। ਅਪਰੂਵ ਹੋਣ ਤੋਂ ਬਾਅਦ ਮੈਂ ਮਤਲਬ ਅਪਰੂਵ ਹੋਣ ਤੋਂ 2 ਦਿਨ ਪਹਿਲਾਂ ਦੀ ਗੱਲ ਆ, ਮੈਂ ਨਾ ਇਹਨੂੰ ਹਾਰ ਚੁੱਕਾ ਸੀ, ਕਿਉਂਕਿ ਮੈਂ ਬਹੁਤ ਜ਼ਿਆਦਾ ਜਗ੍ਹਾ ਪੁੱਛਿਆ ਸੀ ਕਿ ਜੀ ਇੱਦਾਂ ਮੈਂ ਮਰਸਡੀ C300 ਹੀ ਲੈਣੀ ਆ, ਕੁਛ ਨਾ ਕੁਛ ਕਰੋ, ਕਿਸੇ ਕੋਈ ਕਹਿੰਦੇ ਨਹੀਂ ਹੋਣੀ ਅਪਰੂਵ, ਭੁੱਲ ਜਾਓ। ਪਰ ਇੱਕ ਬਾਈ ਆਪਣੇ ਹੈਗੇ, ਇਹ ਗੁਰੀ ਬਾਈ ਆ, ਉਹਨਾਂ ਦਾ ਨਾਮ ਪੀਲ ਕਾਰਸ ਵਾਲੇ ਆ, ਮਿਸੀਸਾਗਾ 'ਚ, ਮਿਸੀਸਾਗਾ ਮਾਲਟਨ ਦੇ ਕੋਲ ਆ, ਏਅਰਪੋਰਟ ਰੋਡ 'ਤੇ ਆ, ਮੈਂ ਤੁਹਾਨੂੰ ਡਰੈਸ ਲਿੰਕ 'ਚ ਪਾ ਦੂੰਗਾ, ਉੱਥੇ ਦੇਖ ਲਿਓ। ਉਹਨਾਂ ਨੇ ਪਤਾ ਨਹੀਂ ਕਿੱਦਾਂ ਅਪਰੂਵ ਕਰਾਈ, ਕਿੱਦਾਂ ਨਹੀਂ ਗਈ, ਕਰਾ ਦਿੱਤੀ ਉਹ ਬੰਦੇ ਨੇ, ਇੰਨੀ ਸਿਫਤ ਕਰਨਾ ਕਿ ਕਿਸੇ ਤੋਂ ਨਹੀਂ ਹੋਈ ਗੱਡੀ ਅਪਰੂਵ, ਉਹਨਾਂ ਨੇ ਕਰਾ ਕੇ ਦਿੱਤੀ, ਅਤੇ ਕੰਡੀਸ਼ਨ ਵੀ ਐਨ ਘੈਂਟ ਗੱਡੀ ਦੀ। ਹੁਣ ਮੈਂ ਤੁਹਾਨੂੰ ਗੱਡੀ ਦੇ ਸਪੈਸੀਫਿਕੇਸ਼ਨਾਂ ਦੱਸ ਦਿੰਦਾ, ਠੀਕ ਹੈ ਜੀ। ਇਹ ਹੈਗੀ ਹੈ ਜੀ ਮਰਸਡੀਜ਼ C300 2017 ਮਾਡਲ, ਬਲੈਕ ਕਲਰ ਦੀ ਆ, AMG ਨਹੀਂ ਹੈਗੀ ਇਹ, AMG ਵੀ ਹੁੰਦੀ ਆ ਉਹ, ਪਰ ਉਹਨਾਂ ਤੋਂ ਉਸ ਟਾਈਮ ਨਹੀਂ ਸੀਗੀ, ਜੇ ਉਹ ਹੁੰਦੀ ਉਹ ਲੈ ਲੈਂਦੇ, ਕੋਈ ਐਡਾ ਫਰਕ ਨਹੀਂ ਹੁੰਦਾ। AMG ਦਾ ਫਰਕ ਇਹ ਹੁੰਦਾ, ਲਾਈਟਿੰਗ ਹੁੰਦੀ ਆ ਥੋੜ੍ਹੀ ਜਿਹੀ ਇੰਟੀਰੀਅਰ ਦੇ ਵਿੱਚ,
ਉਹ ਚੇਂਜ ਹੋ ਜਾਂਦੇ ਕਲਰ ਹੈਗੀ ਇਹਦੇ ਵਿੱਚ ਵੀ ਇਹਦੇ ਵਿੱਚ ਚੇਂਜ ਨਹੀਂ ਹੁੰਦਾ ਅਤੇ ਉਹਦੇ ਥੋੜ੍ਹੀ ਬੋਡੀ ਕਿੱਟ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਬਹੁਤ ਘੱਟ ਫਰਕ ਹੁੰਦਾ ਅਤੇ ਵਿੱਚ ਕਲੋਕ ਲੱਗੀ ਹੁੰਦੀ ਆ ਅਤੇ ਇੰਨਾ ਕੁ ਡਿਫਰੈਂਸ ਮੈਨੂੰ ਪਤਾ ਮਤਲਬ ਬੇਸਿਕ ਜਿਹਾ ਹੁੰਦਾ ਏਡਾ ਕੋਈ ਖਾਸ ਫਰਕ ਨਹੀਂ ਹੁੰਦਾ ਏ ਐਨ ਜੀ ਅਤੇ ਦੂਜੀ 'ਚ ਸੀ ਕਲਾਸ 'ਚ ਬਾਕੀ ਗੱਡੀਆਂ ਦਾ ਮੈਨੂੰ ਪਤਾ ਸੀ ਕਲਾਸ 'ਚ ਠੀਕ ਹੈ ਜੀ ਸੀ ਕਲਾਸ ਮੈਂ ਤਾਂ ਲਈ ਹੈ ਇੱਕ ਆਉਂਦੀ ਹੈ ਏ ਕਲਾਸ ਇੱਕ ਆਉਂਦੀ ਬੀ ਕਲਾਸ ਫਿਰ ਆਉਂਦੀ ਹੈ ਸੀ ਐਲ ਏ ਆਉਂਦੀ ਹੈ ਫਿਰ ਆਉਂਦੀ ਸੀ ਕਲਾਸ ਸੀ ਕਲਾਸ ਮਤਲਬ ਘੈਂਟ ਆ ਗੱਡੀ ਮੈਂ ਤੁਹਾਨੂੰ ਦਿਖਾਉਂਦਾ ਤੁਸੀਂ ਤੁਹਾਨੂੰ ਵਧੀਆ ਲੱਗੂਗੀ ਕਿਉਂਕਿ ਮੈਂ ਕੈਨੇਡਾ ਆਇਆ ਸੀਗਾ ਮੈਂ ਇਹਦੇ ਵਿੱਚ ਬੈਠਾ ਸੀਗਾ ਦੂਜੀ ਤੀਜੀ ਗੱਡੀ ਹੋਣੀ ਇਹਦੇ ਵਿੱਚ ਮੈਂ ਬੈਠਾ ਸੀ 300 ਪਹਿਲਾਂ ਮਸਟੈਂਗ 'ਚ ਬੈਠਾ ਫਿਰ ਉਹ 'ਚ ਬੈਠਾ ਫਿਰ ਵਿੱਚ ਬੈਠਾ ਫਿਰ ਮੈਂ ਸੋਚ ਰਿਹਾ ਮੈਂ ਯਾਰ ਲੈਣੀ ਤਾਂ ਇਹੀ ਲੈਣੀ ਆ ਅਤੇ ਉਹੀ ਲਈ ਆਪਾਂ ਠੀਕ ਹੈ ਜੀ ਇਹ 2017 ਮਾਡਲ ਹੈ ਬਲੈਕ ਕਲਰ ਦੀ ਗੱਡੀ ਆ ਵਿੱਚ ਇਹਦੇ ਰਿਮਸ ਹੈਗੇ ਸਿਲਵਰ ਕਲਰ ਦੇ ਜਿਹੜੇ ਮਰਸਡੀਜ਼ ਦੇ ਆਪਣੇ ਹੁੰਦੇ ਹੀ ਆ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਫਿਜ਼ੀਕਲ ਓਵਰਵਿਊ ਫਿਜ਼ੀਕਲੀ ਦਿਖਾਉਣਾ ਆ ਜੋ ਸ਼ੁਰੂ ਕਰਦੇ ਹਾਂ ਚਾਬੀ ਤੋਂ ਆਹ ਚਾਬੀ ਹੈ ਜੀ ਇਹਦੀ ਕੀ ਹੁੰਦੀ ਹੈ ਇਹ ਆਹ ਹੁੰਦਾ ਟਰੰਕ ਦਾ ਇਹਦਾ ਡਿੱਗੀ ਹੁੰਦੀ ਆ ਆਹ ਅਨਲੋਕ ਬਟਨ ਆ ਲੋਕ ਬਟਨ ਆ ਪੈਨਿਕ ਇਹਨੂੰ ਦੱਬੀ ਰੱਖੂਗੇ ਇਹ ਸਾਊਂਡ ਕਰਦੀ ਆ ਹੋਰਨ ਇਹਦੇ ਟੂੰ 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 ਵੱਜਣ ਆਪਣੇ ਤੁਹਾਨੂੰ ਗੱਡੀ ਹੈ ਤੁਹਾਡੀ ਨਾਲ ਆ ਵੀ ਆਹ ਦੱਬ ਦਿਉ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿੱਥੇ ਖੜੀ ਆ ਆਪਾਂ ਅਨਲੋਕ ਕਰਦੇ ਹਾਂ ਅਨਲੋਕ ਹੀ ਸੀ ਮੈਂ ਤੁਹਾਨੂੰ ਇੱਕ ਹੋਰ ਫੀਚਰ ਦਿਖਾਵਾਂ ਲੋਕ ਕਰੂੰਗੇ ਦੇਖਿਓ ਸ਼ੀਸ਼ੇ ਉਹਦੇ ਬੰਦ ਹੋ ਜਾਂਦੇ ਅਨਲੋਕ ਕਰਦੇ ਹਾਂ ਠੀਕ ਹੈ ਜੀ ਅਨਲੋਕ ਹੋ ਗਈ ਆਹ ਬਾਹਰੋਂ ਦੇਖ ਲਓ ਪਹਿਲਾਂ ਇਹ ਥੋੜ੍ਹੀ ਹਜੇ ਗੰਦੀ ਹੋਈ ਮੈਂ ਧਵਾਈ ਨਹੀਂ ਗੀ ਮੀਂਹ ਪਿਆ ਸੀਗਾ ਆਹਦੇ ਰੂਟਰਸ ਹੁੰਦੇ ਰਾਊਟਰਸ ਹੁੰਦੇ ਕੀ ਹੁੰਦੇ ਆ ਰਾਊਟਰਸ ਹੁੰਦੇ ਆ ਮੈਂ ਰੈੱਡ ਕਰਾਏ ਸੀਗੇ ਆਪ ਕਹਿ ਕੇ ਪਹਿਲਾਂ ਨਹੀਂ ਆਉਂਦੇ ਇਹ ਰੈੱਡ ਅਤੇ ਆਹ ਆ ਜੀ ਇਹਦਾ ਪਿੱਛਿਓਂ ਵਿਊ ਲਓ ਜੀ ਗੱਡੀ ਬਾਹਰੋਂ ਦੇਖ ਲਈ ਹੁਣ ਮੈਂ ਤੁਹਾਨੂੰ ਦਿਖਾਉਣਾ ਅੰਦਰੋਂ ਇੱਕ ਹੈ ਤੁਹਾਨੂੰ ਸਾਊਂਡ ਮਿਲਦਾ ਅਨਲੋਕ ਹੋਈ ਤੇ ਆ ਪਹਿਲਾਂ ਇੱਦਾਂ ਇੰਟੀਰੀਅਰ ਦੇਖ ਲਓ ਇਹਦਾ ਜਦੋਂ ਤੁਸੀਂ ਓਪਨ ਕਰਦੇ ਇੱਦਾਂ ਦੀ ਲੱਗਦੀ ਹੈ ਉਹ ਸਕਰੀਨ ਲੱਗੀ ਆ ਵਿੱਚ ਆ ਗੇਅਰ ਇਹਦੇ ਸਾਰਾ ਕੁਝ ਦਿਖਾਉਣਾ ਬਾਰੀ ਬਾਰੀ ਲੈਦਰ ਸੀਟਾਂ ਜੀ ਇਹਦੀਆਂ ਬਲੈਕ ਆਲ ਬਲੈਕ ਆ ਠੀਕ ਹੈ ਜੀ ਇਹਦਾ ਮੂਨ ਰੂਫ ਆ ਇਹਦੇ ਵਿੱਚ ਲੱਗਾ ਮੂਨ ਰੂਫ ਜਿਹਨੂੰ ਆਪਾਂ ਪੈਨੋਰੇਮਿਕ ਵੀ ਕਹੀਦਾ ਮਤਲਬ ਇਹ ਹੁੰਦਾ ਕਿ ਅਜੇ ਤਾਂ ਆਹ ਚੀਜ਼ ਇਕੱਲੀ ਹੋਵੇ ਫਿਰ ਹੁੰਦਾ ਸਨ ਰੂਫ ਜੇ ਉਹ ਵਿੱਚ ਹੋਵੇ ਨਾਲ ਇੱਕ ਹੋਰ ਐਂਡ ਤੱਕ ਹੋਵੇ ਫਿਰ ਹੁੰਦਾ ਪੈਨੋਰੇਮਿਕ ਠੀਕ ਹੈ ਜੀ ਹੁਣ ਉਹਨਾਂ ਪਿੱਛੋਂ ਦਿਖਾਉਂਦੇ ਹਾਂ ਪਿੱਛੋਂ ਆਹ ਪਿਆ ਮੇਰਾ ਬੈਗ ਆਹ ਹੈਗਾ ਜੀ ਪਿੱਛੋਂ ਆਹ ਮੇਰਾ ਬੈਗ ਪਿਆ ਜਿਹੜਾ ਮੈਂ ਕੰਮ 'ਤੇ ਲੈ ਕੇ ਜਾਂਦਾ ਹੁਣ ਅਤੇ ਲੈਗ ਸਪੇਸ ਇਹਦੀ ਕਾਫੀ ਆ ਵੈਸੇ ਠੀਕ ਆ ਜਿੱਦਾਂ ਹੁਣ ਮੈਂ ਤੁਹਾਨੂੰ ਬੈਗ ਬਹਿ ਕੇ ਦਿਖਾ ਦਿੰਦਾ ਮੇਰੀ ਹੈਗੀ ਆ ਹਾਈਟ 5'10" ਅਤੇ ਆਪਾਂ ਇੱਦਾਂ ਬੈਠੀ ਦਾ ਅਤੇ ਮੈਂ ਹੁਣ ਨੋਰਮਲੀ ਬੈਠਾ ਅਤੇ ਤਾਂ ਵੀ ਮਤਲਬ ਇੰਨੀ ਕੁ ਜਗ੍ਹਾ ਹੈਗੀ ਆ ਕੋਈ ਗੋਡੇ ਸਾਡੇ ਟੱਚ ਨਹੀਂ ਹੁੰਦੇ ਜਾਂ ਮੈਂ ਐਨ ਇੱਦਾਂ ਸਿੱਧਾ ਹੋ ਕੇ ਨਹੀਂ ਬੈਠਾ ਫਿਰ ਹੋਰ ਜ਼ਿਆਦਾ ਹੋ ਜਾਂਦੀ ਆ ਫਿਰ ਆਪਾਂ ਨੋਰਮਲੀ ਇੱਦਾਂ ਬੈਠੀ ਦਾ ਕਿ ਇੰਨੀ ਮਤਲਬ ਹੈਗੀ ਆ ਸਹੀ ਆ ਇੰਨੀ ਜ਼ਿਆਦਾ ਟਾਈਟ ਨਹੀਂ ਹੈਗੀ ਉੱਦਾਂ ਥੋੜ੍ਹੀ ਜਿਹੀ ਟਾਈਟ ਹੁੰਦੀ ਆ ਰਿਕਾਰਡ ਹੋ ਗਈ ਕੈਮਰੇ ਨਾਲੋਂ ਉਹਨਾਂ ਨਾਲ ਥੋੜ੍ਹੀ ਪਿੱਛੋਂ ਟਾਈਟ ਆ ਪਰ ਇੱਦਾਂ ਨਹੀਂ ਹੈਗੀ ਕਿ ਜਮ੍ਹਾਂ ਹੀ ਟਾਈਟ ਹੈ ਨੋਰਮਲ ਬੰਦਾ ਆਰਾਮ ਨਾਲ ਬਹਿ ਜਾਂਦਾ ਠੀਕ ਹੈ ਜੀ ਫਰੰਟ ਹੈਗਾ ਆਹ ਤੁਹਾਨੂੰ ਪਤਾ ਹੀ ਆ ਆਹ ਹੁੰਦੀ ਆ ਬ੍ਰੇਕ ਆਹ ਹੁੰਦੀ ਆ ਰੇਸ ਇਹ ਆਟੋਮੈਟਿਕ ਗੱਡੀਆਂ ਨਹੀਂ ਇੱਥੇ ਕਲੱਚ ਨਹੀਂ ਹੁੰਦਾ ਇੱਥੇ ਆਪਾਂ ਪੈਰ ਦੂਜਾ ਰੱਖਣਾ ਠੀਕ ਹੈ ਜੀ ਹੁਣ ਆਉਂਦੇ ਆਪਾਂ ਲੈਫਟ ਸਾਈਡ ਦੀ ਵਿੰਡੋ ਵੱਲ ਜਿਹਨੂੰ ਆਪਾਂ ਡਰਾਈਵਰ ਵਿੰਡੋ ਕਹੀਦਾ ਆਹ ਹੈਗੀ ਆ ਹੀਟਿਡ ਸੀਟ ਦਾ ਬਟਨ ਹੀਟ ਹੋ ਜਾਂਦੀ ਆ ਸੀਟ 'ਤੇ ਆਹ 3 ਲੈਵਲ ਆ ਇੱਕ ਮੈਂ ਤੁਹਾਨੂੰ ਸਟਾਰਟ ਕਰਦਾ ਪਹਿਲਾਂ ਪੁਸ਼ 2 ਸਟਾਰਟ ਆ ਇਹ ਆਹ ਹੀਟ ਵਾਲਾ ਬਟਨ ਆ ਠੀਕ ਹੈ ਜੀ ਆਹ ਤੁਸੀਂ ਇੱਕ ਵਾਰੀ ਦੱਬੂਗੇ 3 ਲੈਵਲ 'ਤੇ ਹੋਈ ਇਹ ਲੈਵਲ ਆ ਕਿੰਨੀ ਜ਼ਿਆਦਾ ਕਰਨੀ ਆ ਦੁਬਾਰਾ ਦੁਬਾਰਾ ਦੱਬ ਕੇ ਐਡਜਸਟ ਹੋ ਜਾਂਦੀ ਆ ਆਹ ਸੀਟ ਨੂੰ ਐਡਜਸਟ ਕਰਨ ਵਾਲਾ ਬਟਨ ਆ ਜੀ ਜਿੱਦਾਂ ਦੇਖੋ ਆਹ ਦੱਬੂੰਗਾ ਤਾਂ ਆਹ ਹਿੱਲੂਗਾ ਆਹ ਦੇਖੋ ਥੱਲੇ ਅੱਗੇ ਆਹ ਦੱਬੂੰਗਾ ਤਾਂ ਆਹ ਇਹਦਾ ਮੂਵ ਕਰੂਗੀ ਅੱਗੇ ਹੋ ਗਈ ਪਿੱਛੇ ਹੋ ਗਈ ਆਹ ਵਾਲਾ ਆ ਇੱਥੋਂ ਮੂਵ ਕਰੂਗੀ ਥੱਲਿਓਂ ਜਿੱਥੇ ਆਪਾਂ ਬੈਠੇ ਹਾਂ ਜਿੱਦਾਂ ਅੱਗੇ ਨੂੰ ਚੱਲ ਗਈ ਇਹਨੂੰ ਪਿੱਛੇ ਨੂੰ ਕਰਾਂਗੇ ਤਾਂ ਪਿੱਛੇ ਨੂੰ ਹੋ ਗਈ ਆਹ ਦੇਖੋ ਇੱਦਾਂ ਆਹ ਵਾਲਾ ਜਿਹੜਾ ਇਹ ਹੁੰਦਾ ਇੱਥੋਂ ਆਹ ਅੱਗੇ ਨੂੰ ਚੱਲ ਗਈ ਠੀਕ ਹੈ ਜੀ ਆਹ ਇਹਦਾ ਹੈਗਾ ਸਟੇਅਰਿੰਗ ਵੀਲ ਆਹ ਹੈਗੇ ਇਹਦੇ ਲੋਕ ਅਨਲੋਕ ਬਟਨ
अनलॉक हो गए सारे लॉक, इन्ना लॉक हो जाते अनलॉक लॉक। आ है चाइल्ड लॉक, जिद शीशे सारे लॉक हो जाए, कोई अनलॉक नहीं कर सकता पिछले, जो तुम इन दब दोगे ऑन कर दोगे, इन ऑफ कर दें। आ पिछले शीशे के बटन है, ठीक है जी। तो एक थोड़ा होर गल दें, सारे वह आ पावर विंडो दिया जिदा समझ लो, आ देखो एक बारी दबिया तो आप ही खुली जाना, ठीक है जी। एक बारी चेक सारा बंद करना, सारी मतलब मोस्टली गड्डिया मोरले होंगे पिछले नहीं होंगे, ये चार ही आगा जी। ये बारले विंडोज का बटन इधरला दबूंगे, आ वाला हो जाना, आ जिदा इन अंदर कर दूँ, देखो ठीक है जी, इन इधर करूँगा तो बहर हो जाना है, ठीक है जी। उपर थले इदा ही जो इधर वाला बटन दबूंगे वह वाला शीशा कंट्रोल होने अपना जो बहर लगा, ठीक है जी। आ वाला दबूंगे इन्हें शीशे क्लोज कर देने, देखो आ भी क्लोज हो गया, वह भी क्लोज हो गया, हम फिर दबूंगा फिर खुल गया, ठीक है जी। हम गड्डी आते मेन फंक्शन, आ स्टेयरिंग व्हील है, ठीक है, कोई इदा बल्कि बल्कि जहाँ नहीं गा, नॉर्मल जहाँ स्टेयरिंग व्हील है, छोटा जहा ही है, यह लाइट जहा है, इदा नहीं गा कि भारा जहा हैवी जहाँ जोर लगता गड्डी चलाने। ये आ है जी गेयर शिफ्ट पैडल्स होंगे जोड़े, गेयर शिफ्ट कर घटाने लिए आ बधाने लिए, ठीक है जी। इदा रेसिंग गड्डिया डूम इदा डूम डूम डूम। आ है वाइपर, एक बार चलाया वाइपर चल पे फास्ट करते, इन्हें थोड़े टाइम बाद चलना हूँ, ठीक है, थोड़े होर फास्ट करके थोड़े तेज चलना पे, ठीक है जी। इदा हों इन आप बंद कर देने, इन दबूंगे तो पानी आजगा नाल चल पूगे, मैं फ्लूइड खत्म होया मैं पाना अच मैं लै गया, इन इधर न लैके आऊँगे तो लाइट जा दी मोरली नेरे च दसूगी, ठीक है जी। पास लाइट जी होंगी है आप किसी ने पास करना, मैं ए कर देना, ठीक है जी। हुण आ जिहड़े लीवर इनू ऐग मा दूंगे तो थोड़ा स्टेयरिंग व्हील हीटड हो जाता, सर्दियों से बहुत कम आता क्योंकि इतने ठंड बहुत ज़्यादा होंगी है, स्टेयरिंग हाथ नहीं लगता होंगे, ठीक है जी। इनू दोबारा घुमा दूंगे इधर न तो बंद हो जूगा, इन्हें हीट बंद कर देनी स्टेयरिंग तो हूँ जो तीजा लीवर ये उपर न करूँगे तो जो इन्हें जिदा समझ लो तुम हम हाईवे जाने पे है ना, हाईवे तुम 60 की स्पीड से जाने 100 की स्पीड से जाने पे तो पैर रेस से नहीं रखना चाहते, थोड़ा पैर कई वे थक जाता है, तुम चलती चलती गड्डी के 100 से रख के इन उपर कर देना, इन्हें 100 तो ही रह जाना फिर, ठीक है जी। मतलब तुम पैर चक लो रेस तो इन्हें 100 तो ही रहना, फिर रेस बन हो जाती उत्थे, फिर जो तुम रोकनी ब्रेक ला लो, ठीक है जी। तो इनू थले करके स्पीड थोड़ी घटती रहती, जिदा तुम 100 तो थोड़ी घटानी है, इन थले कर लो 98 96 94 इदा हो जूगी, इनू पिछे करूँगे तो कैंसल हो जाना उन्हें, ठीक है जी। अगे करूँगे तो क्रूज कंट्रोल ऑन हो जाए, मीटर से शो करता पाया कैंसल कर दो, ठीक है जी। आता एनालॉग मीटर 2017 करके जी, 2019 आती है वो डिजिटल मीटर आ जाता है, 2017 से 18 ऑलमोस्ट सेम से, मैं 18 ले नहीं प्राइज ज़्यादा सगा तो बहुत घट फर्क सगा, तो मैं क्या एड्डी वर्थ इट है नहीं। हूँ उन्हें इतने आ बटन हैगा जोड़ा, ये है डायनेमिक बटन, ये जिदा देखो इनू एक बार दबिया आ जिदा इनू थले उपर इदा होंगे, पहला दिखा आ देखो पहले तो आता इंडिविजुअल मोड, ये पहले नंबर पर इंडिविजुअल आ, फिर स्पोर्ट्स प्लस आ, स्पोर्ट्स आ, कंफर्ट आको आ, ईको तो तेल थोड़ी घट खाती है कंफर्ट से, नॉर्मल गड्डी चलानी है स्पोर्ट्स से थोड़ी भजानी, स्पोर्ट्स प्लस से उत्तों भी ज़्यादा भजानी है, इंडिविजुअल तो मैं कभी किया नहीं, मैं झूठ बोली हूँ, है ना। ये होंगे आ जोड़ा है, ये है टच, आखो इनू उंगली नाल चलाई चलो, आ भी टच है, तीन बटन है मीडिया कंट्रोल आ, आ जरा इनू घुमाओगे इदा स्क्रीन कंट्रोल होनी है, ओह आ देखो इदा इनू घुमाई जाऊंगे उपर न करूँगे, इन्हें उपर चल जाना इदा इदा करके। आ है तो वॉल्यूम वाला बटन है, आदा मीडिया कंट्रोल जो तुम दबूंगे स्क्रीन बंद, फिर दबूंगे तो ऑन, ठीक है जी। आ फेवरेट्स का बटन आ, इतों बैक हो जाता है। आ वाला यदा फीचर हैगा कि जो तुम लाइटा खड़े हैं, जिदा स्पलेंडर प्रो ज नहीं दिया एक कि तुम लाइटा खड़े हैं, इनू ऑन किया, ये ऑन ही होंगे पहला जो आप गड्डी चलाने, जो आप ब्रेक दब देनी लाइटा जाके गड्डी ने ऑफ होना, ब्रेक छड़ देनी फिर गड्डी ने ऑन हो जाना, ठीक है जी। आ है स्पेस यदी हैगी थोड़ी जी, कप होल्डर वगैरह मैं माउंट रखा सगा, तो ये पान भून पा ली दी, ठीक है जी। तो इनू बंद कर दो, इतने ओह इनू बंद कर दो, तो एक ये आर्म रेस्ट हैगी खुल जाता है, थोड़े पैसे पै गया,
ਤੇ ਚਿੰਗਮਾਂ ਵਗੈਰਾ ਪਈਆਂ ਆ ਇਹਦਾ ਹੈਗਾ ਆਹ ਜਿੱਥੇ ਡਾਕੂਮੈਂਟ ਵਗੈਰਾ ਰੱਖੀ ਦੇ ਆਪਾਂ ਆਹ ਮੇਰਾ ਬੈਗ ਹੈ ਇਹਦੇ ਵਿੱਚ ਲਾਇਸੈਂਸ ਵਗੈਰਾ ਪਿਆ ਹੁੰਦਾ ਠੀਕ ਹੈ ਜੀ ਇਹਦੇ ਵਿੱਚ ਆਹ ਹੈਗਾ ਡਿੱਗੀ ਦਾ ਲੌਕ ਅਤੇ ਅਨਲੌਕ ਬਟਨ ਆ ਅਤੇ ਜੇ ਤੁਸੀਂ ਡਿੱਗੀ ਲੌਕ ਕਰਨੀ ਇਹਨੂੰ ਬੰਦ ਕਰਕੇ ਇੱਥੇ ਚਾਬੀ ਨਾਲ ਲਾ ਦਿਉ ਆਹ ਏ ਸੀ ਆ ਇੱਕ ਦੋ ਤਿੰਨ ਚਾਰ ਪੰਜ ਅਤੇ ਛੇ ਅਤੇ ਸੱਤ ਦੋ ਪਿੱਛੇ ਵੀ ਹੈਗੇ ਅਤੇ ਆਹ ਔਨ ਔਫ ਦਾ ਬਟਨ ਜੇ ਪਿਛਲੇ ਔਨ ਜਾਂ ਔਫ ਕਰਨੇ ਆ ਠੀਕ ਹੈ ਜੀ ਅਤੇ ਇਹ ਸੀਗਾ ਆਹ ਸਕਰੀਨ ਹੈ ਇਹਦੇ ਵਿੱਚ ਨੈਵੀਗੇਸ਼ਨ ਵਗੈਰਾ ਆ ਜਾਂਦੀ ਹੈ ਗਾਣੇ ਗੁਣੇ ਚੱਲ ਪੈਂਦੇ ਵਹੀਕਲ ਸੈਟਿੰਗਸ ਵਹੀਕਲ 'ਚ ਆਓ ਗੱਡੀ ਦੀ ਸੈਟਿੰਗ ਆ ਜਾਂਦੀਆਂ ਇਹ ਜੋ ਵੀ ਕਰਨੀਆਂ ਹੈ ਨਾ ਆਹ ਇਹਦਾ ਮੀਟਰ ਆਹ ਬਟਨ ਆ ਆਹ ਕਿਲੋਮੀਟਰ ਚੱਲ ਪਿਆ 60,000 ਚੱਲੀ ਲਈ ਸੀ 62,800 ਚੱਲ ਪਈ ਆ ਠੀਕ ਹੈ ਜੀ ਅਤੇ 450 ਦੀ ਇਹਦੀ ਹੈਗੀ ਆ ਹਜੇ ਰੇਂਜ ਮਤਲਬ 450 ਹੋਰ ਚੱਲੂਗੀ ਇੰਨਾ ਕੁ ਪੈਟਰੋਲ ਹੈਗਾ ਆ ਪੈਟਰੋਲ ਦੀ ਟੈਂਕੀ ਆ ਕਿ ਕਿੰਨਾ ਕੁ ਹੈਗਾ ਸੂਈਆਂ ਜਿੱਦਾਂ ਇੰਡੀਆ 'ਚ ਹੁੰਦੀਆਂ 260 ਦਾ ਮੀਟਰ ਹੈ ਇਹਦਾ ਅਤੇ ਆਹ ਉੱਪਰ ਆਉਂਦੇ ਆ ਗੇਅਰ ਵਾਲੇ ਇੱਧਰਲੇ ਮੈਂ ਸੱਚ ਕੰਟਰੋਲ ਨਹੀਂ ਦੱਸੇ ਇੱਧਰ ਸਿਰਫ ਇੱਕ ਲੀਵਰ ਆ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਇਹਨੂੰ ਬ੍ਰੇਕ ਦੱਬ ਕੇ ਇਹਨੂੰ ਉੱਪਰ ਨੂੰ ਕਰੂੰਗੇ ਉਹ ਉੱਪਰ ਕਾਰ 'ਤੇ ਚਲ ਗਈ ਰਿਵਰਸ ਪੈ ਗਈ ਨਾਲੇ ਬੈਕ ਕੈਮਰਾ ਔਨ ਹੋ ਗਿਆ ਤੁਸੀਂ ਪਿੱਛੇ ਨੂੰ ਜਾ ਸਕਦੇ ਹੈ ਨਾ ਆਹ ਇੱਕ ਵਾਰੀ ਥੱਲੇ ਨੂੰ ਕੀਤਾ ਨਿਊਟਰਲ 'ਤੇ ਆ ਗਿਆ ਨਾਲ ਨਾਲ ਸਕਰੀਨ ਦੇਖੀ ਜਾਓ ਇੱਥੇ ਇੱਕ ਵਾਰੀ ਹੋਰ ਥੱਲੇ ਨੂੰ ਕੀਤਾ ਤਾਂ ਡਰਾਈਵ 'ਤੇ ਚਲ ਗਈ ਫਿਰ ਤਾਂ ਡਰਾਈਵ ਕਰਨਾ D1 ਤਾਂ ਲਿਖਿਆ ਪਹਿਲੇ ਗੇਅਰ 'ਚ ਇਹਨੇ ਆਟੋਮੈਟਿਕਲੀ ਆਪ ਹੀ ਚੇਂਜ ਹੋਈ ਨਾ ਨਾਲੇ ਤੁਹਾਨੂੰ ਪਤਾ ਲੱਗ ਜਾਣਾ ਕਿਹੜੇ ਗੇਅਰ 'ਤੇ ਆ ਜੇ ਤੁਸੀਂ ਰੋਕਣੀ ਹੈ ਗੱਡੀ ਨਿਊਟਰਲ 'ਤੇ ਆਏ ਆਹ ਦੱਬਤਾ ਪਾਰਕਿੰਗ 'ਚ ਪੈ ਗਈ ਠੀਕ ਹੈ ਜੀ ਫਿਰ ਇਹ ਕਿਤੇ ਨਹੀਂ ਜਾਂਦੀ ਹੈਂਡ ਬ੍ਰੇਕ ਮਤਲਬ ਪਾਰਕਿੰਗ ਹਾਂ ਇਹਦਾ ਹੋਰਨ ਆ ਆਹ ਹੋਰਨ ਇਹਦਾ ਆਹ ਜੇ ਸ਼ੀਸ਼ਾ ਲੱਗਾ ਪਿੱਛੇ ਦੇਖਣ ਨੂੰ ਅਤੇ ਆਹ ਹੁੰਦੀਆਂ ਐਨਕਾਂ ਰੱਖਣ ਨੂੰ ਮੈਂ ਚਕਾਰ ਰੱਖੇ ਹੋ ਅਤੇ ਇੱਦਾਂ ਵੀ ਹੋ ਜਾਂਦਾ ਕਦੀ ਕਦੀ ਅਤੇ ਵਿਊ ਦੇ ਵਿੱਚ ਕੁਛ ਵੀ ਹੋ ਸਕਦਾ ਆਹ ਹੁੰਦਾ ਇਹਦੇ ਬਟਨ ਇਹ 'ਚੋਂ ਲਾਈਟ ਜਗਦੀ ਆ ਆਹ ਵਾਲੀ ਇਹਦੀਆਂ ਲਾਈਟਾਂ ਵੀ ਸੋਹਣੀਆਂ ਹੁੰਦੀਆਂ ਹਨਾ ਕ੍ਰਿਸਟਲ ਜਿਹਾ ਇਹਦਾ ਬਣਿਆ ਹੁੰਦੇ ਆ ਇਹਨੂੰ ਬੰਦ ਕਰ ਦਿਓ ਆਹ ਜਿੱਦਾਂ ਤੁਸੀਂ ਤਾਕੀ ਹੌਲੀ ਲਾਈਟ ਜਗ ਪਈ ਆਹ ਹੈਗੀ ਆ ਇੱਧਰਲੀ ਪਿਛਲੇ ਬੈਕ ਸਾਈਡ ਦੀਆਂ ਆਹ ਉੱਧਰਲੇ ਰਾਈਟ ਸਾਈਡ ਦੀ ਆ ਆਹ ਜੇ ਦੱਬਣੀ ਦੋਨੇ 'ਚ ਇਕੱਠੀਆਂ ਜਗ ਪੈਣੀਆਂ ਠੀਕ ਹੈ ਜੀ ਇਹਦੀਆਂ ਲਾਈਟਾਂ ਨਾ ਗੱਬੇ ਹੀ ਨਹੀਂ ਹੁੰਦੀਆਂ ਇੱਥੇ ਸਾਈਡ 'ਤੇ ਹੁੰਦੀਆਂ ਜਿੱਥੇ ਆਹ ਨਹੀਂ ਹੁੰਦਾ ਆਹ ਇਹਦੇ ਥੱਲੇ ਹੁੰਦੀ ਲਾਈਟ ਉਹ ਦੇਖੋ ਥੱਲੇ ਲੱਗੀ ਆ ਉੱਥੇ ਵੀ ਸੋਚੇ ਦਾ ਡੈਡੀਕੇਟਡ ਬਣਿਆ ਆਹ ਹੁੰਦੇ ਆ ਇਹਨੂੰ ਔਨ ਕਰੂੰਗੇ ਆਹ ਆਟੋਮੈਟਿਕਲੀ ਜਗ ਪਊਗੀ ਆਹ ਔਫ ਹੋ ਜੂਗੀ ਆਹ ਜਗ ਪਊਗੀ ਆਹ ਔਫ ਹੋ ਜੂਗੀ ਠੀਕ ਹੈ ਜੀ ਇਹ ਸੀਗੀ ਗੱਡੀ ਆਪਣੀ ਆਹ ਵੀ ਹੁੰਦੇ ਆ ਇਹ ਹੈਗੀ ਫਰੰਟ ਲਾਈਟ ਦੇ ਕੰਟਰੋਲ ਆਟੋ 'ਤੇ ਰੱਖ ਦਿੰਦਾ ਜਦੋਂ ਮਰਜ਼ੀ ਜੋ ਵੀ ਚੱਲਣਾ ਚੱਲ ਪਵੇ ਇਹ ਮੈਨੂੰ ਲਾਈਟਾਂ ਕਦੀ ਕੰਟਰੋਲ ਨਹੀਂ ਕੀਤੀਆਂ ਇਹਦਾ ਮੈਨੂੰ ਬਹੁਤਾ ਪਤਾ ਨਹੀਂ ਆਹ ਹੈਗੀ ਇਹ ਵੀ ਹੈਂਡ ਬ੍ਰੇਕ ਆ ਇਹਨੂੰ ਖਿੱਚ ਲੂੰਗੇ ਉਹ ਹੋ ਜੂਗੀ ਆਹ ਹੈਗਾ ਟਰੰਕ ਖੋਲਣ ਨੂੰ ਮਤਲਬ ਪਿਛਲੀ ਡਿੱਗੀ ਆਹ ਪਿਛਲਾ ਸਾਈਨ ਬਣਿਆ ਨਾ ਉੱਪਰ ਨੂੰ ਚੱਕ ਹੋਇਆ ਇਹ ਦੱਬੂਗੇ ਅਤੇ ਡਿੱਗੀ ਖੋਲੂਗੀ ਅਤੇ ਇੱਥੇ ਥੱਲੇ ਉਹ ਰੈੱਡ ਜਿਹਾ ਬਣਿਆ ਇਹਨੂੰ ਤੁਸੀਂ ਖਿੱਚੋਗੇ ਤਾਂ ਮੋਹਰੇ ਬੋਨਟ ਖੁੱਲ ਜੂਗਾ ਠੀਕ ਹੈ ਜੀ ਇਹ ਸੀਗੀ ਆਪਣੀ ਗੱਡੀ ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ ਆਈ ਹੋਪ ਜੀ ਤੁਹਾਨੂੰ ਰਿਵਿਊ ਵਧੀਆ ਲੱਗਾ ਹੋਊਗਾ ਮੈਂ ਆਪਣੇ ਵੱਲੋਂ ਪੂਰੀ ਟਰਾਈ ਕੀਤੀ ਆ ਕਿ ਮੈਂ ਤੁਹਾਨੂੰ ਸਾਰਾ ਕੁਛ ਦੱਸ ਦੇਵਾਂ ਠੀਕ ਹੈ ਜੀ ਜੇ ਮੇਰੇ ਤੋਂ ਕੁਛ ਮਿਸ ਹੋ ਗਿਆ ਹੋਊਗਾ ਤਾਂ ਮੈਨੂੰ ਦੱਸ ਦਿਓ ਹੁਣ ਮੈਂ ਤੁਹਾਨੂੰ ਦੱਸਦਾ ਪ੍ਰਾਈਜ਼ ਕਿੰਨਾ ਇਹਦਾ ਇਹ ਸੀਗੀ $30,000 ਦੀ ਗੱਡੀ ਸੀਗੀ ਇਹ ਡਾਲਰ ਦੀ ਐਂਡ $30,800 ਕੁਛ ਦੀ ਸੀਗੀ $30,000 ਦੀ ਮਤਲਬ ਉੱਦਾਂ ਸੀਗੀ ਜੇ ਤੁਸੀਂ ਕੈਸ਼ ਲੈਣੀ ਆ ਇਹਨੂੰ ਫਾਈਨੈਂਸ ਵਗੈਰਾ ਕਰਾ ਕੇ ਫਾਈਨੈਂਸ ਦਾ ਮਤਲਬ ਹੁੰਦਾ ਲੋਨ 'ਤੇ ਕਰਾ ਕੇ ਓਬਵੀਅਸਲੀ ਇੰਡੀਆ 'ਚ ਵੀ ਨਹੀਂ ਬੰਦਾ ਕੋਈ ਗੱਡੀ ਲੋਨ 'ਤੇ ਲੈਂਦਾ 'ਚ ਕੈਸ਼ ਲੈਂਦਾ ਸਾਰੇ ਲੋਨ 'ਤੇ ਹੀ ਲੈਂਦੇ ਆ ਅਤੇ ਇਸ ਕਰਕੇ ਇਹ ਪੈ ਗਈ ਆਪਾਂ ਨੂੰ $37,000 ਦੀ ਉੱਕਾ ਪੁੱਕਾ ਲੈ ਗਏ $37,000 ਦੀ ਗੱਡੀ ਪੈ ਗਈ ਅਤੇ ਇਹਦੀ ਕਿਸ਼ਤ 'ਤੇ ਜਾਂਦੀ ਆ ਮੈਨੂੰ 5.5% ਮੈਨੂੰ ਇੰਟਰਸਟ ਪਿਆ ਅਤੇ 500 ਮੰਥਲੀ ਇਹਦੀ ਕਿਸ਼ਤ 'ਤੇ ਜਾਂਦੀ $500 ਅਤੇ ਇਹਦੀ ਇੰਸ਼ੋਰੈਂਸ ਮੈਂ ਕਰਾਈ ਆ ਇੱਥੇ ਦੀ ਆਪਣੀ ਬੋਲਟਨ ਦੀ ਅਤੇ ਬੋਲਟਨ ਦੀ ਇੰਸ਼ੋਰੈਂਸ ਪਈ ਮੈਂ 450 ਦੀ ਅਤੇ 300 ਦਾ 350 ਦਾ ਤੇਲ ਖਾਊਗੀ 1200-1300 ਦੇ ਲਾਗੇ ਗੱਡੀ ਦਾ ਖਰਚਾ ਹੈਗਾ ਇਹਦਾ ਜੇ ਤੁਸੀਂ ਲੈਣੀ ਆ ਅਤੇ ਜੇ ਤੁਸੀਂ ਨੋਰਮਲ ਵੀ ਲਉਂਗੇ 1100 ਦਾ ਤਾਂ ਹੈਗਾ ਹੀ ਆ ਉਹਦਾ ਵੀ 1100-1150 ਦਾ ਉਸ ਤੋਂ ਵੀ ਘੱਟ ਕਿਸੇ ਦਾ ਨਹੀਂ ਆਉਂਦਾ ਅਨਲੈਸ ਔਰ ਅਨਟਿਲ ਤੁਸੀਂ ਕੈਸ਼ 'ਤੇ ਲਈ ਆ ਠੀਕ ਹੈ ਜੀ ਇਹ ਗੱਡੀ ਸਪੈਸੀਫਿਕੇਸ਼ਨ ਸੀਗੀਆਂ ਇਹ ਆਪਣੀ ਗੱਡੀ ਆ ਠੀਕ ਹੈ ਜੀ ਇੱਕ ਫੋਟੋ ਐਂਡ 'ਚ ਪਾ ਦੂੰਗਾ ਮੇਰੇ ਦੇ ਨਾਲ ਖੜ੍ਹੇ ਦੀ ਫਰੰਟ ਤੋਂ ਵੀ ਦੇਖ ਲਿਓ ਕਿਉਂਕਿ ਫਰੰਟ ਤੋਂ ਜਗ੍ਹਾ ਘੱਟ ਸੀ ਮੈਂ ਵੀਡੀਓ ਬਣਾਈ ਨਹੀਂ ਚਲੋ ਜੀ ਧਿਆਨ ਰੱਖਿਓ ਇੱਕ ਹੋਰ ਗੱਡੀ ਦਾ ਵਲੋਗ ਹੋਊਗਾ ਅਕੋਰਡ ਦਾ ਪਾਊਂਗਾ ਹੁਣ ਮੈਂ ਅਕੋਰਡ ਕਿਉਂਕਿ ਬਹੁਤ ਬਜਟ ਕਾਰ ਆ ਬੈਸਟ ਆ ਫੀਚਰ ਵੀ ਘੈਂਟ ਸਾਰੇ 18 ਮਾਡਲ ਆ ਉਹ ਸਪੋਰਟਸ ਆ ਅਤੇ ਦਰਸ਼ਨ ਨੇ ਲਈ ਆ ਉਹਨੂੰ ਕੋਂਗਰੈਚੁਲੇਸ਼ਨਸ ਕਹਿ ਦਿਓ ਸਾਰੇ ਜਣੇ ਅਤੇ ਆਪਾਂ ਛੇਤੀ ਮਿਲਦੇ ਹਾਂ ਥੋੜ੍ਹੇ ਹਾਲਾਤ ਜੀ ਖਰਾਬ ਹੋਈ ਆ ਕੰਮ ਕਰ ਕਰਕੇ ਮੈਂ ਬਿਜ਼ੀ ਬਹੁਤ ਹੀ ਵਾਲ ਬੂਲ ਵੀ ਨਹੀਂ ਕਟਾਏ
ठीक है जी, सेहत भी थोड़ी डाउन जी हुई लगती मैनूं तां अपनी, ते मिलदे आं आपां छेती। ठीक है जी, सत श्री अकाल। दबूंगे तां छाल मारूगी। आ जिहड़ी डिग्गी आ, डिग्गी इहदी भी काफ़ी खुल्ली आ, वेखो आ फलूड पिया जिहड़ा मैं तुहानूं कहिंदा वाइपरां 'च पाउणा। ਮਰਸਡੀਜ਼ ਨਹੀਂ ਆਉਂਦਾ ਇਹਦੇ ਵਿੱਚ, ਉਦਾਂ ਹੋਰ ਚੀਜ਼ਾਂ ਹੁੰਦੀਆਂ, ਮੈਂ ਤੁਹਾਨੂੰ ਪੂਰਾ ਚੱਕ ਕੇ ਦਿਖਾਈ ਦਿੰਦਾ। ਮਾੜਾ ਫੜੀ ਇੱਥੋਂ, ਆਹ ਦੇਖੋ ਇੱਥੇ ਹੁੰਦਾ ਐਕਸਟਰਾ ਟਾਇਰ, ਜੋ ਕਿ ਇਹਦੇ ਵਿੱਚ ਨਹੀਂ ਹੈਗਾ। ਕਿਉਂ ਨਹੀਂ ਹੈਗਾ, ਛੱਡਦੇ ਕਿਉਂਕਿ ਇਹਦੇ ਟਾਇਰ ਹੁੰਦੇ ਆ, ਇਹਨੂੰ ਫੋਲਡ ਕਰਦੇ, ਇਹਦੇ ਟਾਇਰ ਹੁੰਦੇ ਨੋਨ ਇਨਫਲੇਟਡ, ਮਤਲਬ ਇਹ ਪੈਂਚਰ ਨਹੀਂ ਹੁੰਦੇ। ਠੀਕ ਹੈ ਜੀ, ਜਿਹੜੇ ਪੈਂਚਰ ਪੁੰਚਰ ਹੋ ਜਾਂਦੇ ਉਹ ਮਤਲਬ ਨਾਲ ਦਿੰਦੇ ਇਹ ਨਹੀਂ ਹੁੰਦੇ ਹੈਗੇ। ਠੀਕ ਹੈ ਜੀ, ਅਤੇ ਬਸ ਧੰਨਵਾਦ।